ਵਿੱਚ ਇਹਨਾਂ ਨੇ 50 ਮਣ ਤੇ 21 ਝਾੜ ਲਏ ਆ, 40 ਮਣ ਤੇ 21 ਝਾੜ ਲਏ ਆ, 60 ਮਣ ਤੇ 21 ਕਈ ਜ਼ਿਮੀਂਦਾਰਾਂ ਨੇ ਦੱਸਿਆ ਵੀ ਅਸੀਂ ਝਾੜ ਲੈ ਚੁੱਕੇ ਆ। ਚੰਗੇ ਸਮੇਂ 'ਚ 74 ਮਣ ਕਿੱਲੇ ਦਾ ਨਰਮਾ ਮੈਂ ਚੁੱਕਿਆ ਜੀ ਆਪਦੇ ਖੇਤ, ਆਪ ਮੇਰੇ ਖੇਤ 'ਚ। ਤੁਸੀਂ ਖਿਆਲ ਹੈ ਮੇਰੇ ਦੇਖਦੇ ਦੇਖਦੇ ਸਾਡੇ ਰਸਤੇ ਦੇ ਨਾਲ ਹੈ 40 ਕਿੱਲੇ ਵਾਣ ਹੈਗਾ, ਇੱਕੋ ਸਾਰ ਹੈ ਸਾਰਾ ਹੀ। ਮੈਂ ਜਿਹੜੀ ਸਾਡੇ ਹਾਲਾਤ ਇਸ ਸੀਜ਼ਨ ਦੇ ਗੁਜ਼ਰ ਕੇ ਗਏ ਆ, ਨਰਮਾ ਕਈ ਜ਼ਿਮੀਂਦਾਰਾਂ ਦੇ ਤਾਂ 10 ਮਣ ਵੀ ਨਹੀਂ ਹੋਇਆ, ਜਿਨ੍ਹਾਂ ਦੇ ਕੋਈ 15-20 ਮਣ ਨਰਮਾ ਹੋਇਆ ਉਹਦੀ ਕੁਆਲਿਟੀ ਬਹੁਤ ਜ਼ਿਆਦਾ ਹੱਦੋਂ ਵੱਧ ਮਾੜੀ ਸੀਗੀ। ਮਿੱਲਾਂ ਵਾਲੇ ਵੀ ਨੱਕ ਮਾਰ ਕੇ ਲੈ ਰਹੇ ਆ। 1 ਕੁਇੰਟਲ 70 ਕਿਲੋ ਨਰਮਾ ਮੁੰਡੇ ਦਾ ਮੈਨੇ ਤੋਲਿਆ ਜੀ ਆਪਦੇ ਹੱਥ ਨਾਲ, 1 ਕੁਇੰਟਲ 70 ਕਿਲੋ, 4.5 ਮਣ ਨਰਮਾ ਜੀ। ਇੰਨਾ ਨਰਮਾ ਸਾਡੇ ਰਾਜਪੂਤ ਰਾਜਪੂਤ ਮੁੰਡਾ, ਤੇ ਹੁਣ ਆਪਣੇ ਗੰਗਾਨਗਰ ਏਰੀਏ 'ਚ ਆਪਣੇ ਬੰਦੇ ਬੈਠੇ ਆ, ਉਹ ਕਹਿੰਦਾ ਵੀ ਅਸੀਂ ਅੱਧ ਤੇ ਚੁਕਾਈ ਜਾਂਦੇ ਆ, ਅੱਧ ਤੇ ਵੀ ਨਹੀਂ ਕੋਈ ਚੁੱਕਦਿਆ ਨਰਮੇ ਨੂੰ ਅੱਜ ਦੇ ਟਾਈਮ 'ਚ ਜੀ। ਬਿਲਕੁਲ ਇਹੀ ਹਾਲਾਤ ਹੈ ਜੀ, ਇਹੀ ਹਾਲਾਤ ਆਪਣੇ। ਹਜੇ ਤੱਕ ਗੁਲਾਬੀ ਸੁੰਡੀ ਦੇ ਹੱਲ ਵਾਲਾ ਬੀਜ ਕੋਈ ਨਹੀਂ ਆਇਆ, ਨਹੀਂ ਇੱਥੇ ਨਹੀਂ ਆਈ, ਇਹ ਬੋਲਗਾਰਡ ਨੂੰ ਵੀ ਨਹੀਂ ਆਈ, ਜਿੱਥੇ ਆਈ ਹੈ ਇਹ ਹੋਰ ਕਿਸੇ ਕਿਸਮ ਜਿਹੜੀ ਵੀ ਨਵੀਂ ਤੁਹਾਨੂੰ 1-2 ਨੰਬਰ 'ਚ ਕਿਸਮ ਮਿਲ ਰਹੀ ਹੈ ਨਰਮੇ ਦੀ, ਉਹਨੂੰ ਸੁੰਡੀ ਆ ਰਹੀ ਹੈਗੀ। ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ, ਤੁਹਾਡੀ ਇੱਕ ਨਵੀਂ ਵੀਡੀਓ ਦੇ ਵਿੱਚ ਹੋਰ ਜਾਣਕਾਰੀ 'ਚ ਅੱਜ ਵਾਧਾ ਕਰਾਂਗੇ ਕਿ ਨਰਮੇ ਦੀ ਫਸਲ ਦੇ ਗੁਜਰਾਤ ਦੇ ਇਹ ਜਿਹੜਾ ਕੱਚ ਬੈਲਟ ਹੈ, ਕੱਚ ਕਹਿ ਦਿੰਦੇ ਆ, ਇਹਦਾ ਕੀ ਹਾਲਾਤ ਆ। ਅਤੇ ਆਪਾਂ ਕੁਥਾਰਾ ਦੇ ਬਿਲਕੁਲ ਨੇੜੇ ਹਾਂ, ਅਤੇ ਆਪਣੇ ਨਾਲ ਸਰਦਾਰਾਂ ਦਾ ਏਰੀਆ, ਪੰਜਾਬੀਆਂ ਦਾ ਏਰੀਆ ਜਿਹੜਾ ਖੇਤੀ ਕਰਦੇ ਆ ਇੱਥੇ 3-4 ਫਸਲਾਂ ਦੀ, ਉਹਨਾਂ ਦੇ ਵਿੱਚੋਂ ਨਰਮੇ ਦੀ ਫਸਲ ਦੇ ਕੀ ਹਾਲਾਤ ਆ, ਸੁੰਡੀ ਹੈ ਕਿ ਨਹੀਂ, ਨਰਮੇ ਦੇ ਬੀਜਾਂ ਦਾ ਕੀ ਰੁਝਾਨ ਚੱਲ ਰਿਹਾ, ਇਹਨਾਂ ਕੋਲ ਬੀਜਾਂ ਦੀ ਕਿਹੜੀ ਕਿਸਮ ਚੱਲ ਰਹੀ ਆ, ਆਪਣੇ ਉਹ ਡਾਇਰੈਕਟ ਸਿੱਧੀ ਜ਼ਿਆਦਾ ਕਾਮਯਾਬ ਨਹੀਂ ਹੈਗੀ। ਅਤੇ ਜਿਹੜਾ ਮੇਨ ਤੁਹਾਡੇ ਕੋਲ ਕਈ ਵਾਰੀ ਅਖਬਾਰ ਰਾਹੀਂ ਜਾਂ ਵੈਸੇ ਕੋਈ ਆਡੀਓ ਭੇਜ ਦਿੰਦਾ ਹੈਗਾ ਕਿ ਗੁਜਰਾਤ ਦੇ ਵਿੱਚ ਸੁੰਡੀ ਨਹੀਂ ਆਉਂਦੀ, ਉਹਨਾਂ ਨੂੰ ਵਧੀਆ ਸਪਰੇ ਮਿਲ ਰਹੀ ਆ, ਵਧੀਆ ਬੀਜ ਮਿਲ ਰਹੇ ਆ, ਜਿਹੜੇ ਹਾਲਾਤ ਇੱਥੋਂ ਦੇ ਲੋਕ ਹੰਢਾਈ ਬੈਠੇ ਆ, ਉਹ ਤੁਹਾਨੂੰ ਇਸ ਵੀਡੀਓ ਵਿੱਚ ਜਾਣਨ ਦਾ ਮੌਕਾ ਮਿਲੂਗਾ। ਖੇਤੀ ਕੋਈ ਵੀ ਹੈ, ਖੇਤੀ ਕੁਦਰਤ ਹੀ ਕਰਾ ਰਹੀ ਹੈ, ਅਤੇ ਮੌਸਮ ਵੀ ਬਦਲ ਰਿਹਾ ਹੈਗਾ, ਹਾਲਾਤ ਖੇਤੀ ਦੇ ਆਉਣ ਵਾਲੇ ਸੀਜ਼ਨ ਦੇ ਵਿੱਚ ਫਸਲ ਦੇ ਵਿੱਚ ਵਾਧਾ ਹੋਣਾ ਕਿ ਘਾਟਾ ਹੋਣਾ ਬਿਜਾਈ ਦੇ ਵਿੱਚ, ਇਹ ਚੀਜ਼ ਆਪਾਂ ਨੂੰ ਚੱਲ ਰਹੀ ਫਸਲ ਤੋਂ ਪਤਾ ਲੱਗ ਜਾਂਦਾ। ਪੰਜਾਬ ਹਰਿਆਣਾ ਰਾਜਸਥਾਨ ਦੇ ਹਾਲਾਤ ਬਹੁਤ ਹੀ ਮਾੜੇ ਆ, ਕਿਸੇ ਸਮੇਂ 90,91,95,00,000 ਵੀ ਪੈਕਟ ਸੇਲ ਹੋਇਆ, ਅਤੇ ਹੁਣ ਰੋਕ ਕੇ ਵੀ ਹੱਥ ਕੰਡਾ ਕਰਕੇ ਵੀ ਸਰਕਾਰਾਂ ਸਬਸਿਡੀ ਵੀ ਨਰਮੇ ਦੇ ਬੀਜਾਂ 'ਤੇ ਦੇਣ ਲੱਗ ਗਈਆਂ BT 'ਤੇ, ਜਿਹਨੂੰ ਆਏ ਨੂੰ 15 ਸਾਲ ਹੋ ਗਏ, ਫੇਲ ਕੰਡੇ ਹੋਇਆ ਖੜਾ, ਗੁਲਾਬੀ ਸੁੰਡੀ ਕਰਕੇ, ਮੌਸਮ ਦੀ ਮਾਰ ਕਰਕੇ, ਥੋੜ੍ਹੀ ਜਿਹੀ ਲੇਬਰ ਦੀ ਵੀ ਇਸ ਵਾਰੀ ਬਹੁਤ ਵੱਡੀ ਦਿੱਕਤ ਆਈ। ਇੱਥੇ ਏਰੀਏ ਦੇ ਵਿੱਚ ਕੀ ਹਾਲਾਤ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਨ ਦਾ ਮੌਕਾ ਮਿਲੂਗਾ। ਅਤੇ ਨਰਮੇ ਦੇ ਇੱਕ ਚੰਗੇ ਸੁਹਿਰਦ ਕਿਸਾਨ ਸਰਦਾਰ ਗੁਰਚਰਨ ਸਿੰਘ ਜੀ ਮੇਰੇ ਨਾਲ ਹੈਗੇ ਆ, ਅਤੇ ਉਹਨਾਂ ਦੇ ਨਾਲ ਤੁਹਾਨੂੰ ਮੈਂ ਰੂਬਰੂ ਕਰਾਉਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਕਿੰਨੀ ਖੇਤੀ ਕਰਦੇ ਹੋ ਨਰਮੇ ਦੀ ਜੀ? 110 ਕਿੱਲੇ ਕਰਦੇ ਹਾਂ ਜੀ। ਠੀਕ ਹੈ ਜੀ, ਹਾਂਜੀ। ਅਤੇ ਨਰਮੇ ਦੀ ਖੇਤੀ ਦੇ ਵਿੱਚ ਇੱਥੇ ਗੁਲਾਬੀ ਸੁੰਡੀ ਦਾ ਕੀ ਅੱਜ ਦਾ ਜਿਹੜਾ ਸਥਿਤੀ ਹੈਗੀ ਹੈ ਜੀ? ਸਾਡੇ ਤਾਂ ਹੈ ਨਹੀਂ ਜੀ, ਨਾ ਸਾਨੂੰ ਕੋਈ ਤਕਲੀਫ ਆਈ ਇੱਥੇ। ਠੀਕ, ਪਹਿਲਾਂ ਵੀ ਨਹੀਂ ਕਦੇ ਆਈ? ਸਾਡੇ 1 ਵਾਰੀ ਆਈ ਹੈ 2 ਸਾਲ ਪਹਿਲਾਂ। ਹਾਂਜੀ। ਉਸ ਤੋਂ ਬਾਅਦ ਸਾਨੂੰ ਵੈਸੇ ਅਸੀਂ ਆਪਦੇ ਹਿਸਾਬ ਨਾਲ ਹੀ ਸਪਰੇਅ ਕਰਨੀ ਸ਼ੁਰੂ ਕਰਤੀ, ਕਿਸੇ ਨੂੰ ਪੁੱਛਿਆ ਨਹੀਂ। ਠੀਕ ਹੈ ਜੀ। ਨਾ ਕਿਸੇ ਡਾਕਟਰ ਕੋਲ ਗਲੇ। ਠੀਕ ਹੈ ਜੀ। ਤੇ ਆਪਣੇ ਆਪ ਹੀ ਸਪਰੇਅ ਅਸੀਂ ਲਾਣ ਲੱਗੇ, ਰੈਗੂਲਰ ਕਰਦੇ, ਉਹ ਥੋੜੀ ਚੇਂਜ ਕਰਤੀ। ਠੀਕ ਹੈ ਜੀ। ਕਿ ਵੀ ਸ਼ੁਰੂ ਤੋਂ ਹੀ ਆਪਣੇ ਕੋਈ ਵੀ ਤਿਤਲੀ ਆਉਂਦੀ ਹੈ ਉਹਦੇ ਅੰਡੇ ਖਤਮ ਹੋ ਜਾਣ। ਉਸ ਤੋਂ ਬਾਅਦ ਮਿੱਲੀ ਬੱਗ ਵੀ ਆਈ ਆ 1 ਵਾਰੀ। ਠੀਕ ਹੈ ਜੀ। ਪੂਰਾ ਅਟੈਕ ਕੀਤਾ ਸਾਡੇ, ਹਾਂ ਪੂਰਾ ਅਟੈਕ ਕੀਤਾ, 5-6 ਸਾਲ ਪਹਿਲੇ ਦੀ ਗੱਲ ਹੈ। ਠੀਕ ਹੈ ਜੀ। ਤੇ ਹੁਣ ਸਾਡੇ ਮਿੱਲੀ ਬੱਗ ਵੀ ਨਹੀਂ ਤੇ ਗੁਲਾਬੀ ਸੁੰਡੀ ਵੀ ਨਹੀਂ। ਠੀਕ ਹੈ ਜੀ। ਜਿਹੜੇ ਕਿਹਾ ਜਾਂਦਾ ਕਿ ਉੜਦੀ ਉਡਾਉਂਦੀ ਅਫਵਾਹ ਦੀ ਤੌਰ 'ਤੇ ਗੱਲ ਪੰਜਾਬ ਤੱਕ ਜਾਂ ਨਰਮੇ ਦੇ ਕਿਸਾਨਾਂ ਤੱਕ ਚਲੀ ਜਾਂਦੀ ਹੈ,
ਕਿ ਇੱਥੇ ਬੀਜਾਂ ਦਾ ਸੁਧਾਰ ਹੋ ਗਿਆ? ਨਾ, ਬੀਜਾਂ ਦਾ ਬੀਜ ਤਾਂ ਉਹੀ ਆ ਰਿਹਾ ਸਾਡੇ ਵੀ, ਠੀਕ ਹੈ। ਇੱਥੇ ਇੱਥੇ ਦੇ ਬੀਜ ਮੈਂ ਬੁਲਾਡੇ ਭੇਜੇ ਆ, ਬੁਲਾਡੇ ਮਲ ਸਿੰਘ ਵਾਲਾ ਪਿੰਡ ਪੈਂਦਾ, ਹਾਂਜੀ, ਉਹਨਾਂ ਦੇ ਆਈ ਹੈ ਸਾਡੀ, ਹਾਂ ਸੁੱਡੀ ਆ, ਸਾਡੇ ਨਹੀਂ ਆਈ। ਤੇ ਉਹਨਾਂ ਦਾ ਪੂਰਾ ਗਾੜਾ ਹੈ ਉੱਥੇ, ਸਾਡੇ ਰਿਸ਼ਤੇਦਾਰੀ ਆ, ਮੇਰੀਆਂ ਭੈਣਾਂ, ਠੀਕ ਹੈ ਜੀ, ਚਾਚੇ ਦੀਆਂ ਕੁੜੀਆਂ ਨੇ, ਠੀਕ ਹੈ, ਉਹਨਾਂ ਕੋਲੇ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਵੀ ਇੱਥੇ ਕੁਦਰਤੀ ਤੌਰ 'ਤੇ ਨਹੀਂ ਆ ਰਹੀ ਨਾ, ਆਉਂਦੀ ਹੈ ਜੀ ਕੁਦਰਤੀ ਤੌਰ 'ਤੇ ਨਹੀਂ, ਫਿਰ ਸੰਭਾਲ ਵੀ ਹੈਗੀ ਹੈ, ਹਾਂ, ਮਤਲਬ ਏਰੀਏ ਦੇ ਵਿੱਚ ਇੱਥੇ ਫਸਲ ਦੇ ਵਿੱਚ ਉਹ ਨੁਕਸਾਨ ਨਹੀਂ ਕਰਦੀ? ਨੁਕਸਾਨ ਤਾਂ ਜੇ ਤਾਂ ਟਾਈਮ 'ਤੇ ਸਪਰੇਅ ਹੋ ਜੇ, ਹਾਂਜੀ, ਫਿਰ ਤਾਂ ਨਹੀਂ ਕਰਦੀ, ਠੀਕ ਹੈ, ਜੇ ਟਾਈਮ 'ਤੇ ਸਪਰੇਅ ਨਾ ਹੋਵੇ ਕਰਦੀ ਹੈ। ਕਿਹੜੀਆਂ ਕਿਹੜੀਆਂ ਫਿਰ ਤੁਸੀਂ ਸਪਰੇਅ? ਸਪਰੇਅ ਅਸੀਂ ਤਾਂ ਮੈਂ ਤਾਂ ਜੀ ਤਕਰੀਬਨ ਪਰਫੈਨੋ ਹੀ ਯੂਜ ਕਰਦਾ ਸ਼ੁਰੂ ਤੋਂ ਹੀ, ਠੀਕ ਹੈ, ਸਾਡੇ ਪੰਜਾਬ 'ਚ ਵੀ ਉਹੀ ਸਿਫਾਰਿਸ਼ ਹੋ ਰਹੀ ਹੈ। ਦੋ ਜਦੋਂ ਨਰਮਾ ਡੇਢ ਮਹੀਨੇ ਦਾ ਹੋ ਜਾਂਦਾ, ਦੋ ਮਹੀਨਿਆਂ ਦਾ ਹੋ ਜਾਂਦਾ, ਹਾਂਜੀ, ਉਸ ਤੋਂ ਬਾਅਦ ਅਸੀਂ ਸਾਡੇ ਚੱਲਦੇ ਹਾਂ ਰੈਗੂਲਰ ਪਾਣੀ, ਹਾਂਜੀ, ਕਿ ਪੰਜਾਬ ਹਰਿਆਣੇ 'ਚ ਪਾਣੀ ਚੱਲਦੇ ਹਾਂ ਕਿ ਨਹੀਂ ਚੱਲਦੇ ਹਾਂ ਉਹਨਾਂ ਨੂੰ ਪਤਾ, ਹਾਂਜੀ, ਕਿ ਸਾਡਾ ਇਹ ਹੈਗਾ ਪਿੱਛੇ ਪੰਜਾਬ ਦਾ ਜੀਰੀ ਵਾਲਾ ਏਰੀਆ, ਠੀਕ ਹੈ, ਅਤੇ ਅਸੀਂ ਨਰਮੇ ਦੀ ਖੇਤੀ ਇੱਥੇ ਆ ਕੇ ਕਰਨ ਲੱਗੇ ਹਾਂ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਅਸੀਂ ਪਾਣੀ ਦੇ ਅੱਗੇ ਪਿੱਛੇ ਮਤਲਬ ਇਹਨੂੰ ਨਰਮੇ ਨੂੰ ਤੀਸ ਨਾ ਹੋਵੇ ਪਾਣੀ ਦੀ, ਅਤੇ ਪਰਫੈਨੋ ਕਰਦੇ ਹਾਂ, ਠੀਕ ਹੈ, ਦੋ ਰਾਊਂਡ ਪਹਿਲੀ ਵਾਰ ਅਸੀਂ ਪਰਫੈਨੋ ਦੇ ਮਾਰਦੇ ਹਾਂ, ਠੀਕ ਹੈ, ਅਤੇ ਵਿੱਚ ਨੂੰ ਇੱਕ ਵਧੀਆ ਸਪਰੇਅ ਵੀ ਆਈ ਸੀ, ਬਹੁਤ ਹੀ ਜ਼ਿਆਦਾ ਮਹਿੰਗੀ ਸੀ ਉਹ, ਵੈਸੇ ਮੈਂ ਤਾਂ ਕੀਤੀ ਨਹੀਂ, ਠੀਕ ਹੈ ਜੀ, ਮੇਰੇ ਭਤੀਜੇ ਨੇ ਕੀਤੀ ਸੀ, ਠੀਕ ਹੈ, ਉਹਦਾ ਰਿਜ਼ਲਟ ਵਧੀਆ ਮਿਲਿਆ। ਇੱਕ ਮੈਂ ਜਦੋਂ ਅਸੀਂ ਕੱਲ੍ਹ ਵੀ ਲਗਭਗ 5 ਤੋਂ 7 ਫਾਰਮ ਅਸੀਂ ਦੇਖੇ ਹੈਗੇ ਆ ਇੱਥੇ, ਮਤਲਬ ਪਟੇਲਾਂ ਦੇ ਫਾਰਮ, ਸਰਦਾਰਾਂ ਦੇ ਫਾਰਮ, ਪੰਜਾਬੀ ਭਾਈਚਾਰੇ ਕੋਲ ਜਿਹੜੇ ਨਰਮੇ ਦੀ ਖੇਤੀ ਚੱਲੀ ਜਾਂਦੀ ਹੈ, ਉਹਨਾਂ ਦੇ ਵਿੱਚ ਉਹ ਰਾਊਂਡ ਅਪ ਵਾਲਾ ਬੀਜ ਸਾਰਾ ਵਰਤ ਰਹੇ ਆ, ਬੋਲ ਗਾਰਡ ਨਹੀਂ ਇੱਥੇ ਕੋਈ ਲਾ ਰਿਹਾ ਹੈਗਾ। ਇਹਦਾ ਥੋੜ੍ਹਾ ਜਿਹਾ ਫਰਕ ਦੱਸ ਦਿਓ, ਸਾਡੇ ਰਾਊਂਡ ਅਪ ਵਾਲਾ ਬੀਜ ਹਜੇ ਉੱਧਰ ਗਿਆ ਹੀ ਨਹੀਂ ਹੈਗਾ। ਇਹਦਾ ਤਾਂ ਫਰਕ ਇਹ ਹੀ ਹੈ ਵੀ ਅਸੀਂ ਖੇਤੀ ਵੱਧ ਕਰਦੇ ਹਾਂ, ਜੇ ਅਸੀਂ ਥੋੜ੍ਹੀ ਖੇਤੀ ਕਰਦੇ ਹੋਈਏ ਫਿਰ ਅਸੀਂ ਬੋਲ ਗਾਰਡ ਯੂਜ ਕਰਾਂਗੇ। ਹੁਣ ਖੇਤੀ ਸਾਡੇ ਕੋਲ ਜ਼ਿਆਦਾ ਹੈ, ਸੰਭਾਲ ਨਹੀਂ ਸਕਦੇ, ਜੇ ਸਾਡੇ ਕੋਲ ਨਦੀਨ ਹੋ ਜ਼ਿਆਦਾ ਹੋ ਜਾਂਦਾ, ਨਦੀਨਾਂ ਦੇ ਹੱਲ ਕਰਕੇ ਅਸੀਂ ਰਾਊਂਡ ਅਪ ਕਰਦੇ ਹਾਂ। ਉਹ ਵੀ ਐਵੇਂ ਨਹੀਂ ਵੀ ਜੇ ਬਹੁਤ ਮਤਲਬ ਉਹਦੇ ਨਾਲ ਵਰਤਦੇ ਹਾਂ ਅਸੀਂ ਕਿ ਵੀ ਜ਼ਮੀਨ 'ਤੇ ਵੀ ਕੋਈ ਅਸਰ ਨਾ ਹੋਵੇ, ਠੀਕ ਹੈ, ਜਿਹੜੇ ਹਿਸਾਬ ਨਾਲ ਮਤਲਬ ਐਵੇਂ ਨਹੀਂ ਵੀ ਕੋਈ ਜਿਵੇਂ 2 ਲੀਟਰ ਦੀ ਲੋੜ ਹੈ ਤਾਂ 2 ਪਾਉਂਦੇ ਹਾਂ, ਜੇ 10 ਦੀ ਲੋੜ ਹੈ ਤਾਂ 10 ਪਾਉਂਦੇ ਹਾਂ, ਠੀਕ ਹੈ ਜੀ, ਐਵੇਂ ਕਰਦੇ ਨਹੀਂ। ਇਹ ਜਿਹੜਾ ਬੋਲ ਗਾਰਡ ਨੂੰ ਵੀ ਇਸ ਏਰੀਏ ਵਿੱਚ ਲਾਇਆ ਜਾਂਦਾ, ਥੋੜ੍ਹਾ ਬਹੁਤ ਏਰੀਆ ਲੱਗਦਾ? ਬਹੁਤ ਲਾਇਆ ਜੀ, ਮੇਰੇ ਕੋਲ ਪਿਛਲੇ ਸਾਲ 30 ਕਿੱਲੇ ਸੀ, ਠੀਕ ਹੈ ਜੀ, ਪਰ ਘਾਸ ਕਰਕੇ ਕਵਰ ਨਹੀਂ ਹੋਇਆ, ਝਾੜ ਘੱਟ ਗਿਆ, ਠੀਕ ਹੈ, ਉਹ ਨਿਕਲਿਆ 18 ਮਣ ਕਿੱਲੇ ਦਾ, ਹਾਂਜੀ, ਅਤੇ ਪੈ ਗਿਆ 25-28, 20-25। ਕਿਸਾਨ ਭਰਾਵੋ, ਹੁਣ ਨਰਮੇ ਦੀਆਂ ਚਕਾਈਆਂ ਚੱਲ ਰਹੀਆਂ, 2 ਤਾਂ ਲਗਭਗ ਹਰੇਕ ਖੇਤ 'ਚ ਹੋ ਗਈਆਂ, ਕਿਸੇ ਖੇਤ ਦੇ ਵਿੱਚ 3ਜੀ-4 ਚਕਾਈ ਚੱਲ ਰਹੀ ਹੈ, ਹਜੇ 1-2 ਚਕਾਈਆਂ ਇੱਥੇ ਹੋਰ ਹੋ ਜਾਣਗੀਆਂ। ਜਿਹੜਾ ਨਿਕਾਲ ਆਇਆ ਅਤੇ ਫਲ ਤਿਆਰ ਹੋਇਆ ਪਿਆ, ਉਹਨੂੰ ਦੇਖ ਕੇ ਲੱਗ ਰਿਹਾ ਵੀ ਬਹੁਤੇ ਜ਼ਿਮੀਦਾਰਾਂ ਦਾ ਨਰਮਾ ਜਿਹੜਾ ਹੈਗਾ 20-25 ਅਤੇ 25-30 ਮਣ ਵਾਲੇ ਨਰਮੇ ਆਮ ਹੀ ਹੈਗੇ ਆ, ਪਰ ਇੱਥੇ ਆਮ ਹੀ ਹੈ, ਪਰ ਇੱਥੋਂ ਦੱਸਿਆ ਗਿਆ ਕਿ ਚੰਗੇ ਤੋਂ ਚੰਗੇ ਸਮੇਂ ਦੇ ਵਿੱਚ ਇਹਨਾਂ ਨੇ 50 ਮਣ ਤੱਕ ਵੀ ਝਾੜ ਲਏ ਆ, 40 ਮਣ ਤੱਕ ਵੀ ਝਾੜ ਲਏ ਆ, 60 ਮਣ ਤੱਕ ਵੀ ਕਈ ਜ਼ਿਮੀਦਾਰਾਂ ਨੇ ਦੱਸਿਆ ਵੀ ਅਸੀਂ ਝਾੜ ਲੈ ਚੁੱਕੇ ਹਾਂ। ਚੰਗੇ ਸਮੇਂ 'ਚ 74 ਮਣ ਕਿੱਲੇ ਦਾ ਨਰਮਾ ਮੈਂ ਚੁੱਕਿਆ ਜੀ, ਆਪਦੇ ਖੇਤ, ਆਪ ਮੇਰੇ ਖੇਤ 'ਚ। ਤੁਸੀਂ ਨਰਮੇ ਦੀ ਇਹਦੀ ਸਹੀ ਟਾਈਮ ਬਿਜਾਈ ਤੁਸੀਂ ਕਦੋਂ ਕਰਦੇ? ਬਿਜਾਈ ਅਸੀਂ 5ਵੇਂ ਮਹੀਨੇ ਦੀ 20 ਤਰੀਕ ਤੋਂ ਬਾਅਦ ਸਟਾਰਟ ਕਰਦੇ ਹਾਂ ਜੀ, ਅੱਧੀ ਮਈ 'ਚ, ਹਾਂਜੀ, ਠੀਕ, ਉਹ ਗੇਤਾ ਮੰਨਦੇ ਹਾਂ ਅਸੀਂ, ਅੱਗੇ ਦਾ ਮੰਨਦੇ ਹਾਂ, ਠੀਕ ਹੈ, ਅਤੇ 6ਵੇਂ ਮਹੀਨੇ ਦੀ 15 ਤਰੀਕ ਤੱਕ ਸਾਡੀ ਤਕਰੀਬਨ ਬਿਜਾਈ ਹੋ ਜਾਂਦੀ ਹੈ। ਉਸ ਤੋਂ ਬਾਅਦ ਵੀ ਜਿਹੜਾ ਨਰਮਾ, ਠੀਕ ਹੈ, ਮਤਲਬ 7ਵੇਂ ਮਹੀਨੇ ਦੀ ਐਤਕੀ 8ਵੇਂ ਮਹੀਨੇ ਦੀ 5 ਤਰੀਕ ਦਾ ਨਰਮਾ ਵੀ ਅਸੀਂ 16 ਮਣ ਕਿੱਲੇ ਦਾ ਚੁੱਕ ਲਿਆ ਜੀ, ਹੁਣ ਚੁੱਕ ਕੇ ਅਤੇ ਵਾਹ ਕੇ ਰਾਤ ਕਣਕ ਬੀਜਦੀ, ਠੀਕ ਹੈ ਜੀ, ਇਹ ਹੁਣ ਦੀ ਗੱਲ ਹੈ, ਠੀਕ ਹੈ ਜੀ। ਅਤੇ ਤੁਸੀਂ ਆਮ ਜਿਹੜੀ ਚੰਗੀ ਫਸਲ ਆ ਉਹਦਾ ਵੱਢ ਕਦੋਂ ਹੁੰਦਾ ਫਿਰ? ਵੱਢ ਕਿਵੇਂ ਜੀ? ਵੱਢ ਮਤਲਬ ਖੇਤ ਖਾਲੀ ਕਦੋਂ ਕਰ ਜਾਂਦੀ ਆ ਉਹ?
ਕਿੰਨੇ ਮਹੀਨਿਆਂ ਦੀ ਫਸਲ ਜਾਗਦੀ ਆ ਆਪਣੇ ਖੇਤ 'ਚ? ਇੱਥੇ ਹੀ ਹਾਂ, ਨਰਮੇ ਦੀ? ਹਾਂਜੀ, ਨਰਮੇ ਦੀ ਅਸੀਂ 11ਵੇਂ ਮਹੀਨੇ ਦੇ ਚੜ੍ਹਦੇ ਤਕਰੀਬਨ ਖਾਲੀ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ। ਠੀਕ ਹੈ, ਜਿਹੜੀ ਮਤਲਬ ਕਈ ਕੱਲ੍ਹ ਜ਼ਿਮੀਦਾਰ ਦੇਖ ਰਹੇ ਸੀ, ਉਹ ਕਹਿੰਦੇ ਸੀ ਨਵੀਆਂ ਫੋਟਾਂ ਇਹ ਫਰਵਰੀ ਤੱਕ ਚੱਲੂਗਾ। ਉਹ ਚੱਲ ਜਾਂਦੀਆਂ ਜਿਹੜੇ ਰੱਖਦੇ ਆ, ਉਹ ਚੱਲ ਜਾਂਦੇ। ਅਸੀਂ ਤਾਂ ਕਣਕ ਬੀਜਦੇ ਹਾਂ, ਅਸੀਂ ਛੱਡਦੇ ਨਹੀਂ। ਠੀਕ ਹੈ, ਅਸੀਂ ਤਾਂ ਮਤਲਬ 10ਵੇਂ ਮਹੀਨੇ ਤੋਂ ਬਾਅਦ ਪਾਣੀ ਬ੍ਰੇਕ ਕਰ ਜਾਂਦੇ ਕਰ ਦਿੰਦੇ ਹਾਂ। ਜਿਹੜੇ ਪਾਣੀ ਲਾਉਂਦੇ ਆ ਉਹਨਾਂ ਦੇ ਚੱਲਦੀ ਆ ਨਵਾਂ ਫਲ ਫਰੂਟ। ਨਵਾਂ ਫਲ, ਹਾਂ। ਹੁਣ ਸਾਡੇ ਕੋਲ ਹੈਗਾ ਚੌਧਰੀ ਭਾਈ ਹੈ, ਉਹਦੇ ਹੈਗੇ ਮੇਰੇ ਹਾਲੇ 40 ਕਿੱਲੇ। ਜੇ ਅੱਜ ਤੁਹਾਨੂੰ ਦਿਖਿਆ ਜੀ, ਅੱਜ ਵੀ ਉਹ 20 ਕਿੱਲੇ ਦਾ ਟਿੰਡਾ ਤਿਆਰ ਕਰੀ ਖੜਿਆ ਜੀ ਹੁਣ ਇਸ ਟਾਈਮ, ਦੂਜੀ ਪੋਟ ਦਾ। ਠੀਕ ਹੈ, ਜਿਹੜੀ ਹਜੇ ਅੱਗੇ ਜਾ ਕੇ ਖੇਡਣੀ ਹੈ, ਇੱਕ ਤਾਂ ਚੁੱਕ ਲਈ ਉਹਨਾਂ ਨੇ ਜੀ, ਉਹ ਤਾਂ ਕੰਪਲੀਟ ਕਰ ਲਈ, 3 ਚੋਣੀਆਂ ਕੰਪਲੀਟ ਕਰ ਲਈਆਂ, ਤੇ ਅੱਗੇ ਹੁਣ ਜਿਹੜੀ ਅੱਗੇ ਚਾਲੂ ਹੋਊਗੀ ਉਹਦਾ 20 ਮਿੰਟ ਤੋਂ ਉੱਤੇ ਉੱਤੇ ਜਾਊਗਾ ਜੀ, ਘੱਟ ਨਹੀਂ ਰਹੂਗਾ, ਟਿੰਡਾ ਬਣਿਆ ਪਿਆ। ਹਾਂ ਹਾਂ, ਹੁਣ ਜਿਹੜੀ ਦੂਜੀ ਫੋਟ ਆ, ਅਸੀਂ ਫੋਟ ਕਹਿੰਦੇ ਹਾਂ ਉਹਨੂੰ, ਹਾਂ ਫੋਟ ਕਹਿੰਦੇ ਦੂਜੀ, ਹਾਂ ਦੂਜੀ ਫੋਟ ਆ ਗਈ ਕਾਫੀ ਦੇਖੇ ਹੈਗੇ ਆ। ਤੇ ਘੱਟੋ ਘੱਟ ਵੀ ਉਹਦਾ ਜ਼ਿਆਦਾ ਤਾਂ ਨਹੀਂ, ਮੇਰੇ ਖਿਆਲ ਹੈ ਮੇਰੇ ਦੇਖਦੇ ਦੇਖਦੇ ਸਾਡੇ ਰਸਤੇ ਦੇ ਨਾਲ ਹੈ 40 ਕਿੱਲੇ ਬਾਣ ਹੈਗਾ, ਇੱਕੋ ਸਾਰ ਹੈ ਸਾਰਾ ਹੀ। ਮੈਂ ਜਿਹੜੀ ਸਾਡੇ ਹਾਲਾਤ ਇਸ ਸੀਜ਼ਨ ਦੇ ਗੁਜ਼ਰ ਕੇ ਗਏ ਹੈ, ਨਰਮਾ ਕਈ ਜ਼ਿਮੀਦਾਰਾਂ ਦੇ ਤਾਂ 10 ਮਣ ਵੀ ਨਹੀਂ ਹੋਇਆ, ਜਿਨ੍ਹਾਂ ਦੇ ਕੋਈ 15-20 ਮਣ ਨਰਮਾ ਹੋਇਆ ਉਹਦੀ ਕੁਆਲਿਟੀ ਬਹੁਤ ਜ਼ਿਆਦਾ ਹੱਦੋਂ ਵੱਧ ਮਾੜੀ ਸੀਗੀ, ਮਿੱਲਾਂ ਵਾਲੇ ਵੀ ਨੱਕ ਮਾਰ ਕੇ ਲੈ ਰਹੇ ਆ ਨਰਮਾ। ਹਾਂਜੀ, ਆਹ ਨਰਮਾ ਜਿਹੜਾ ਪਿਆ ਇਹ ਦੁੱਧੋਂ ਜ਼ਿਆਦਾ ਚਿੱਟਾ ਪਿਆ ਹੈਗਾ, ਇਹਦੀ ਰੂੰ ਦਾ ਰੇਸ਼ਾ ਵੀ ਬੜਾ ਲੰਮਾ, ਰੇਸ਼ਾ ਬਹੁਤ ਹੈ ਜਿੱਥੇ ਨਰਮਾ ਪੂਰਾ ਖਿੱਟ ਫੁੱਟ ਪੂਰਾ ਸਾਡੇ ਹੁਣ ਖਿੜਿਆ ਜੀ ਤਕਰੀਬਨ। ਮੈਂ ਅਸੀਂ ਐਵੇਂ ਨਹੀਂ ਕਹਿੰਦੇ ਕਿ ਸਾਡੀ ਬਾੜੀ ਤੇ ਚੈੱਕ ਕਰੋ, ਕਿਸੇ ਵੀ ਬਾੜੀ ਤੇ ਚੈੱਕ ਕਰੋ, ਕੱਲ ਅਸੀਂ ਬਹੁਤ ਬਾੜੀਆਂ ਚੈੱਕ ਕੀਤੀਆਂ, ਬਾੜੀ ਤੇ ਚੈੱਕ ਕਰੋ, ਤੁਹਾਨੂੰ ਕਾਲਾ ਫੋਇਆ ਆਪਣੀ ਇਹਦਾ ਗੁਲਾਬੀ ਸੁੰਡੀ ਦਾ ਮਿਲੂਗਾ ਨਹੀਂ, ਪੀਲੀ ਫੁੱਟੀ ਨਹੀਂ ਮਿਲੀ ਕਿਤੇ, ਕਾਲੀ ਪੀਲੀ ਫੁੱਟੀ ਨਹੀਂ ਮਿਲੀ। ਮੈਂ ਰਾਜਕੋਟ ਗਿਆ ਸੀ, ਰਾਜਕੋਟ ਏਰੀਏ 'ਚ ਹੈਗੀ ਆ ਜੀ। ਅੱਛਾ, ਹਾਂਜੀ, ਉਸ ਏਰੀਏ ਪਰਸੋਂ ਹੀ ਆਇਆ ਮੈਂ ਰਾਜਕੋਟ ਏਰੀਏ 'ਚ। ਠੀਕ ਹੈ, ਉੱਧਰ ਰੇਟ 1200 ਰੁਪਏ ਵੀ ਲੱਗ ਰਿਹਾ ਤੇ 1490 ਰੁਪਏ ਵੀ ਲੱਗਿਆ ਜੀ, 20 ਕਿੱਲੋ ਦਾ ਮਾਣ ਹੈ ਉੱਥੇ। ਅੱਛਾ, 20 ਕਿੱਲੋ ਦਾ, 20 ਕਿੱਲੋ ਦਾ ਰੇਟ ਹੈ, 12 ਦਾ 6000 ਰੁਪਇਆ, 20 ਕਿੱਲੋ ਦਾ ਰੇਟ ਹੈ, 20 ਕਿੱਲੋ ਦਾ ਰੇਟ ਹੈ ਉੱਥੇ ਦਾ ਰਾਜਕੋਟ ਦਾ, ਆਪਣੇ 40 ਕਿੱਲੋ ਦਾ ਮਾਣ ਹੈ, 40 ਕਿੱਲੋ ਦਾ ਰੇਟ ਹੈ। ਇੱਥੇ ਹੁਣ ਕੀ ਰੇਟ ਚੱਲ ਰਿਹਾ ਹੈਗਾ? 2911 ਰੁਪਏ ਵਿਕਿਆ ਜੀ, 40 ਕਿੱਲੋ ਦਾ। ਠੀਕ ਹੈ ਜੀ, 7000-7200 ਹੋ ਗਿਆ, ਇਹਦੇ ਲਾਗੇ ਭਾਗੇ ਕੁਇੰਟਲ ਹੋ ਗਿਆ, ਪਰ ਇੱਥੇ ਰੇਟ ਦੀ ਕਮੀ ਆ, ਜੇ ਰੇਟ ਮਤਲਬ 9000-10000 ਹੋਵੇ ਤਾਂ ਤੁਹਾਡੇ ਕਾਫੀ ਜ਼ਿਆਦਾ ਫਸਲ ਇਹ ਮੇਨ ਫਸਲ ਅੱਗੇ ਲੈ ਜੂਗੀ, ਅੱਗੇ ਲੈ ਜੂਗੀ ਬਹੁਤ। ਹਾਂ, ਕਿਉਂਕਿ ਜਦੋਂ ਫਸਲ ਲੰਬੀ ਜਾਂਦੀ ਹੈ ਉਹਦੇ ਪਾਣੀ ਦਾ ਖਰਚ, ਲੇਬਰ ਦਾ ਖਰਚ, ਉਹਦੇ 'ਤੇ ਤੁਹਾਡੇ ਸਪਰੇਹਾਂ ਦਾ ਖਰਚ ਬਹੁਤ ਜ਼ਿਆਦਾ ਲੰਬਾ ਖਰਚਾ, ਸਾਡੇ ਖਰਚਾ ਜ਼ਿਆਦਾ, ਲੇਬਰ ਦਾ ਖਰਚਾ ਬਹੁਤ ਪੈਂਦਾ ਸਾਡੇ। ਹਾਂ, ਲੇਬਰ ਦਾ ਖਰਚਾ ਬਹੁਤ ਜ਼ਿਆਦਾ ਤੁਹਾਡੇ। ਇਹ ਵੀ ਸੁਣਿਆ ਜਾਂਦਾ ਹੈਗਾ ਵੀ ਗੁਜਰਾਤ ਦੇ ਵਿੱਚ ਬਾਹਲੀ ਜ਼ਿਆਦਾ ਮਹਿੰਗੀ ਚਕਾਈ ਚੱਲਦੀ ਹੈ। ਚਕਾਈ ਤਾਂ ਅੱਜ ਲਾ ਲਓ ਜੀ, ਖੈਰ ਉੱਧਰ ਨਾਲੋਂ ਘੱਟ ਚੱਲਦੀ ਹੈ ਜੇ ਆਪਾਂ ਪੰਜਾਬ ਦਾ ਹਿਸਾਬ ਲਾਈਏ। ਹਾਂਜੀ, ਅਤੇ ਸਾਡੇ ਇੱਥੇ ਹੁਣ 8 ਰੁਪਇਆਂ ਤੋਂ ਲੈ ਕੇ 11 ਰੁਪਏ ਤੱਕ ਚੁਕਾਈ ਹੋਈ ਹੈ ਸਾਡੀ। ਹਾਂ, ਜਿਹੜਾ ਨਰਮਾ ਬਹੁਤ ਆ, 2 ਚੁਕਾਈਆਂ ਹੋ ਗਈਆਂ, ਨਰਮਾ ਚੁੱਕਦੇ ਬਹੁਤ ਹੈ ਜੀ ਲੇਬਰ। ਹਾਂ, ਕੱਲ੍ਹ ਅਸੀਂ ਇੱਕ ਖੇਤ ਦੇ ਵਿੱਚ ਸੀਗੇ, ਉੱਥੇ ਦੱਸ ਰਹੇ ਸੀਗੇ ਵੀ ਉਹ ਲੜਕੀ ਨੇ 1 ਕੁਇੰਟਲ 18 ਕਿੱਲੋ ਨਰਮਾ ਚੁਗਿਆ, 1 ਕੁਇੰਟਲ 70 ਕਿੱਲੋ ਨਰਮਾ ਮੁੰਡੇ ਦਾ ਮੈਨੇ ਤੋਲਿਆ ਜੀ ਆਪਦੇ ਹੱਥ ਨਾਲ, 1 ਕੁਇੰਟਲ 70 ਕਿੱਲੋ, 4.5 ਨਰਮਾ ਜੀ, ਇੰਨਾ ਨਰਮਾ ਸਾਡੇ ਰਾਜਪੂਤ ਰਾਜਪੂਤ ਮੁੰਡਾ ਸੀ ਅਲਵਰ ਦਾ, ਭਗਤਾ ਉਹਦਾ ਨਾਂ ਸੀ, ਮੈਨੇ ਖੁਦ ਨੇ ਤੋਲਿਆ ਉਹਦਾ ਨਰਮਾ ਜੀ, 1 ਕੁਇੰਟਲ 70 ਕਿੱਲੋ ਇਕੱਲੇ ਬੰਦੇ ਦਾ ਜੀ, ਜੋੜੀ ਦਾ ਨੀ, 10 ਘੰਟੇ ਚੁਗ ਲਿਆ ਹੋਊਗਾ, ਇਦੂ ਬਾਅਦ ਤਾਂ ਕੀ ਚੁਗ ਲਿਆ ਹੋਣਾ, 10 ਘੰਟੇ ਦਾ ਹਿਸਾਬ ਲਾ ਲਓ ਵੀ, ਫਿਰ ਉਹਨਾਂ ਦੇ ਸਾਰਾ ਦਿਨ ਪਸੀਨਾ ਵੀ ਉੱਤੋਂ ਚੱਲਦਾ ਰਹਿੰਦਾ ਜੀ, ਗੱਲ ਨਹੀਂ ਕਰਦੇ ਵੀ, ਰੋਟੀ ਖਾਣ ਦਾ ਵੀ ਉਹਨਾਂ ਨੂੰ ਬੜੀ ਮੁਸ਼ਕਿਲ ਨਾਲ ਟਾਈਮ ਲੱਗਦਾ ਜੀ। ਠੀਕ ਹੈ ਜੀ, ਤੇ ਹੁਣ ਆਪਣੇ ਗੰਗਾਨਗਰ ਏਰੀਏ 'ਚ ਆਪਣੇ ਬੰਦੇ ਬੈਠੇ ਆ, ਉਹ ਕਹਿੰਦਾ ਵੀ ਅਸੀਂ ਅੱਧ ਤੇ ਚੁਕਾਈ ਜਾਂਦੇ ਹਾਂ, ਅੱਧ ਤੇ ਵੀ ਨਹੀਂ ਕੋਈ ਚੁੱਕਦਿਆ ਨਰਮੇ ਨੂੰ ਅੱਜ ਦੇ ਟਾਈਮ 'ਚ ਜੀ, ਬਿਲਕੁਲ ਇਹੀ ਹਾਲਾਤ ਹੈ ਜੀ, ਇਹੀ ਹਾਲਾਤ ਆਪਣੇ
ਬਹੁਤ ਜ਼ਿਆਦਾ ਨੁਕਸਾਨ ਹੋਇਆ। ਕਮਲੇਸ਼ ਹੋਰ ਬੈਠੇ ਆ, ਉਹ ਕਹਿੰਦਾ ਵੀ ਸਾਨੂੰ ਅੱਧ ਤੇ ਜ਼ੋਰ ਲਾ ਲਿਆ, ਸਾਡੇ ਪੜੋਸੀ ਨੇ ਅੱਧ ਤੇ ਵੀ ਨਹੀਂ ਚੁੱਕਿਆ। ਨਹੀਂ, ਨਰਮੇ ਬਾਹ ਤੇ ਜੀ, ਨਰਮੇ ਖਿੜੇ ਹੋਏ ਬਾਹੇ ਆ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਖਰਾਬ ਨੁਕਸਾਨ ਹੋਇਆ। ਮੈਂ ਕਿਹਾ ਉਹ ਗੱਲ ਕੀ, ਕਹਿੰਦਾ ਵੀ ਬੰਦਾ ਚੁੱਕਦਾ ਹੀ 7-8 ਕਿਲੋ ਹੈ, ਇਸ ਤੋਂ ਵੱਧ ਚੁੱਕਦਾ ਕਿਸੇ ਲੋਟ ਹੀ ਨਹੀਂ ਆਉਂਦਾ। ਹਾਂਜੀ, ਗੁਲਾਬੀ ਸੁੰਡੀ ਕਰਕੇ। ਹਾਂਜੀ, ਇੱਥੇ ਇੱਕ ਗੱਲ, ਨਰਮਾ ਦੀ ਹਾਈਟ ਹੈ ਇਹਦੇ ਪੇਡੇ ਤੋਂ ਉੱਚੇ ਉੱਚੇ ਜੀ। ਇੱਥੇ ਇੱਕ ਗੱਲ ਵੀ ਅਸੀਂ ਬਿਲਕੁਲ ਹਰੇਕ ਚੂਰ ਨੋਟ ਕੀਤੀ ਹੈਗੀ ਆ ਜੀ, ਤੁਹਾਡੇ ਇੱਕ ਤਾਂ ਹਾਈਟ ਬਹੁਤ ਨੋਰਮਲ ਆ ਨਰਮੇ ਦੀ, ਨਰਮੇ ਦੀ ਫੁੱਟੀ ਦਾ ਭਾਰ ਬਹੁਤ ਆ, ਭਾਰ ਹੈ ਫਸਲ ਹੈਗੀ, ਫੇਰ ਹੀ ਲੇਬਰ ਚੁੱਕ ਸਕਦੀ ਆ, ਤਾਂ ਚੁੱਕ ਨਹੀਂ ਸਕਦੀ। 4-4.5 ਗ੍ਰਾਮ ਟਿੰਡੇ ਦਾ ਜਿਹੜਾ ਉਹ ਹੈ ਜੀ, ਉਹ ਵੇਟ ਆਂਦਾ ਘੱਟੋ ਘੱਟ, ਘੱਟੋ ਘੱਟ ਵੇਟ ਆਂਦਾ ਜੀ। ਸਾਡੇ ਮੈਂ 6-6 ਗ੍ਰਾਮ ਦੇ ਵੀ ਵੇਟ ਤੋਲੇ ਹੈਗੇ ਆ ਟਿੰਡੇ ਦੇ, ਪਰ ਜਿਹੜੀ ਲਾਸਟ ਸਮੇਂ ਤੇ ਜਿਹੜੀ ਤੇਜ਼ਾਬੀ ਵਰਖਾ ਹੋ ਕੇ ਗਈ ਆ, ਉਹਦੇ ਨਾਲ ਵਰਖਾ ਨੇ ਨਰਮੇ ਦੇ ਸਾਹ ਸੋਕ ਤੇ, ਮਤਲਬ ਜਿਹੜੀ ਪੰਡ ਤੁਸੀਂ ਕੱਲ ਤੋਲੀ ਜਾਂਦੇ ਸੀ, ਆਪਾਂ ਟਰੈਕਟਰ ਤੋਂ ਆ ਰਹੇ ਸੀਗੇ ਲਖਵਿੰਦਰ ਬਾਈ, ਤੇ ਉਹ ਪੰਡ 65 ਕਿਲੋ ਦੀ ਹੋਈ ਆ, ਸਾਡੇ ਓਡੀ ਪੰਡ 40 ਕਿਲੋ ਤੋਂ ਨਹੀਂ ਵਧੀ। 1 ਕੁਇੰਟਲ 17 ਕਿਲੋ ਦੀ ਵਜਨ ਦੀ ਪੱਲੀ, 4 ਥੈਲਿਆਂ ਦੀ ਪੱਲੀ ਚ ਮੈਂ ਧੋਲੀ ਇਸ ਸਾਲ ਜੀ। ਹੁਣ ਹਾਂ ਇਹ ਬਾਈ ਬੈਠੇ, ਹਾਂ ਕੋਈ ਕਿਸੇ ਬਾਈ ਨੂੰ ਪੁੱਛ ਲਿਓ, ਇਹ ਲਾਸਟ ਵਜਨ ਹੈ ਜੀ, ਜਿਹੜੀ ਸਟਾਰਟਿੰਗ ਚ ਚਕਾਈ ਹੈ ਨਾ ਸਾਡੀ। ਹਾਂ ਜੀ ਹਾਂ, 1 ਕੁਇੰਟਲ 17 ਕਿਲੋ ਮੈਂ ਆਪ ਤੋਲੀ ਉਹਦੀ ਜੀ, ਪਹਿਲਾ ਫਲਸ਼। ਹਾਂ ਪਹਿਲਾ ਫਲਸ਼, ਦੇਖਣ ਨੂੰ ਤੁਹਾਨੂੰ 20 ਕਿਲੋ ਲੱਗੂਗੀ, ਨਿਕਲੋ ਘੱਟੋ ਘੱਟ 60-70 ਕਿਲੋ। ਰੇਹ ਵਾਲੇ ਥੈਲੇ ਚ 28 ਕਿਲੋ 30 ਕਿਲੋ 28 ਕਿਲੋ 30 ਕਿਲੋ ਯੂਰੀਆ ਵਾਲੇ ਥੈਲੇ ਚ ਆ ਜਾਂਦਾ ਜੀ ਨਰਮਾ ਉਸ ਟਾਈਮ ਦਾ, ਸ਼ੁਰੂ ਦਾ। ਠੀਕ ਹੈ ਜੀ, ਹਾਂਜੀ ਚਲੋ ਆਪਾਂ ਇੱਕ ਗੱਲ ਤਾਂ ਕਨਫਰਮ ਕਰ ਦਈਏ, ਜਿਹੜੇ ਮੈਂ ਖੇਤ ਦੇਖੇ ਆ, ਤੁਸੀਂ ਵੀ ਹੁਣ ਵੀਡੀਓ ਦੇ ਵਿੱਚ ਸਾਰੀਆਂ ਗੱਲਾਂ ਰਿਕਾਰਡ ਕਰਵਾ ਰਹੇ ਹੋ, ਹਜੇ ਤੱਕ ਗੁਲਾਬੀ ਸੁੰਡੀ ਦੇ ਹੱਲ ਵਾਲਾ ਬੀਜ ਕੋਈ ਨਹੀਂ ਆਇਆ। ਜਿੱਥੇ ਨਹੀਂ ਆਈ ਇਹ ਬੋਲਗਾਰਡ ਨੂੰ ਵੀ ਨਹੀਂ ਆਈ, ਜਿੱਥੇ ਆਈ ਹੈ ਇਹ ਹੋਰ ਕਿਸੇ ਕਿਸਮ ਜਿਹੜੀ ਵੀ ਨਵੀਂ ਤੁਹਾਨੂੰ 1-2 ਨੰਬਰ 'ਚ ਕਿਸਮ ਮਿਲ ਰਹੀ ਹੈ ਨਰਮੇ ਦੀ, ਉਹਨੂੰ ਸੁੰਡੀ ਆ ਰਹੀ ਹੈਗੀ ਆ। ਜਿਹੜੀ ਮੇਨ ਗੱਲ ਹੈਗੀ ਆ, ਘੱਟ ਪੱਤਿਆਂ ਵਾਲੀ ਜ਼ਿਆਦਾ ਟਿੰਡਿਆਂ ਵਾਲੀ, ਇੱਕ ਜਗ੍ਹਾ 'ਤੇ ਦੋ ਦੋ ਟਿੰਡਿਆਂ ਵਾਲੀਆਂ ਕਿਸਮਾਂ ਆਮ ਹੀ ਦੇਖਣ ਨੂੰ ਮਿਲ ਰਹੀਆਂ ਹੈਗੀਆਂ, ਜਿਹੜੀ ਸੋਧ ਹੋ ਰਹੀ ਹੈ, ਪਰ ਜਿਹੜੀ ਸੋਧ ਹੋ ਚੁੱਕੀ ਹੈ, ਜਿਹੜੀ ਇਸ ਵਾਰੀ ਸੀਜ਼ਨ ਦੇ ਵਿੱਚ ਚੱਲਦੇ ਵਾਰ ਵੀ ਨੋਟੀਫਿਕੇਸ਼ਨ ਆਈ ਹੈ, ਉਹ ਸਿਰਫ ਖੜ੍ਹੇ ਨਰਮੇ ਵਿੱਚ ਰਾਊਂਡ ਅਪ ਕਰਨ ਵਾਲੀ ਜਿਹੜੀ ਵਰਾਇਟੀਆਂ ਦੀ ਮੈਨੂੰ ਲੱਗਦਾ ਵੀ ਮਾਨਤਾ ਹੋ ਗਈ। HT ਕਹਿ ਦਿੰਦੇ ਆ, ਵੀਡ ਗਾਰਡ ਕਹਿੰਦੇ, ਤੁਹਾਡੇ ਪਹਿਲਾਂ ਹੀ 2 ਨੰਬਰ 'ਚ ਉਹ ਚੱਲੀ ਜਾਂਦਾ। ਹਾਂ, ਇਹ ਚੀਜ਼ ਤੁਹਾਡੇ ਦੁਕਾਨਾਂ 'ਤੇ ਬਿੱਲ 'ਤੇ ਨਹੀਂ ਮਿਲਦੀ ਹੈਗੀ, ਜਿਹੜਾ ਤੁਸੀਂ ਨਰਮੇ ਦੀਆਂ ਕਿਸਮਾਂ ਲਾ ਰਹੇ ਹੋ। ਇਹ ਮਤਲਬ ਗੁਜਰਾਤ ਦਾ ਕਾਫ਼ੀ ਵੱਡਾ ਕੋਟਨ ਨਰਮੇ ਦਾ ਏਰੀਆ, ਇਹਨਾਂ ਵਰਾਇਟੀਆਂ ਥੱਲੇ ਚੱਲਦਾ, ਅਤੇ ਇਹ ਤੁਸੀਂ ਹੁਣ ਕੱਲ੍ਹ ਆਪਾਂ ਘੱਟੋ ਘੱਟ ਵੀ 20 ਵਰਾਇਟੀਆਂ ਦੇਖ ਲਈਆਂ ਹੋਣਗੀਆਂ, 12-15 ਵਰਾਇਟੀਆਂ ਤਾਂ ਆਪਾਂ ਖਿੜੀਆਂ ਹੋਊਗੀਆਂ ਹੀ ਦੇਖ ਲਈਆਂ, ਕੁਛ ਚੁੱਗੀਆਂ ਪਈਆਂ ਸੀਗੀਆਂ, ਜਿਨ੍ਹਾਂ ਦੇ ਵਿੱਚ ਕੱਦ ਕਾਟ ਬਹੁਤ ਨੋਰਮਲ ਸੀਗੇ, ਫੁੱਟ ਬਹੁਤ ਜ਼ਿਆਦਾ ਚਿੱਟਾ, ਟਿੰਡੇ ਮੋਟੇ, ਥੱਲੇ ਤੋਂ ਲੈ ਕੇ ਉੱਪਰ ਤੱਕ ਇੱਕੋ ਸਾਈਜ਼ ਦੇ ਟਿੰਡੇ ਸੀ ਲਗਭਗ। ਸਾਡੇ ਜਿਹੜਾ ਨਰਮਾ 4.5 ਫੁੱਟ ਹਾਈਟ ਕਰ ਗਿਆ ਨਾ ਜੀ, ਮੈਂ ਤਾਂ ਮੇਰੇ ਖੇਤ ਦੀ ਗੱਲ ਕਰਦਾ, ਬਾਈ ਹੋਰ ਦੇ ਹਾਈਟ ਜ਼ਿਆਦਾ ਕਰਦਾ ਇਹਨਾਂ ਦੇ, ਸਾਂਧੋ 'ਚ ਹਾਈਟ ਜ਼ਿਆਦਾ। ਸਾਡੇ ਜੇ ਸਾਨੂੰ ਫਲ ਦੀ ਸੋਚ ਨਹੀਂ, ਸਾਨੂੰ ਸੋਚ ਹੈ ਹਾਈਟ ਕਰਾਉਣ ਦੀ ਸ਼ੁਰੂ 'ਚ। ਜੇ ਸਾਡੇ 4.5 ਫੁੱਟ ਹਾਈਟ ਕਰ ਗਿਆ ਨਾ, ਤਾਂ ਅਸੀਂ ਐਂ ਸਮਝਾਂਗੇ ਵੀ 36-38 ਮਿੰਟ ਤੋਂ ਉੱਤੇ ਉੱਤੇ ਨਰਮਾ ਜਾਊਗਾ, ਇਸ ਤੋਂ ਘੱਟ ਰਹਿੰਦਾ ਨਹੀਂ। ਚੰਗੀ ਫਸਲ ਬਣ ਗਈ। ਇੰਨਾ 2.5 ਫੁੱਟ ਦਾ, 2 ਫੁੱਟ ਦਾ ਪੇਡਾ, 65-65 ਟਿੰਡੇ ਬਿਲਕੁਲ ਕੰਪਲੀਟ ਇੱਡੇ ਦੇ। ਸਹੀ ਹੈ, ਤੁਹਾਡੇ ਕੋਲ ਜ਼ਿਆਦਾ ਖੇਤੀ ਖੁੱਲ੍ਹੇ 'ਚ ਹੈ ਕਿ ਡ੍ਰਿਪ 'ਤੇ ਹੈ? ਨਾ, ਸਾਡੀ ਖੁੱਲ੍ਹੀ ਹੈ ਸਾਰੀ, ਤਕਰੀਬਨ ਸਾਰੀ ਖੁੱਲ੍ਹੀ ਹੈ, ਸਾਡੇ ਡ੍ਰਿਪ ਦਾ ਤਾਂ ਨਾ ਹੀ ਨਹੀਂ। ਠੀਕ ਹੈ ਜੀ, ਕਿਉਂ ਸਾਡੇ ਅਸੀਂ ਜਿਹੜੇ ਸਾਡੇ TDS ਜ਼ਿਆਦਾ ਹੈ। ਹਾਂ, ਤੁਹਾਡੇ ਏਰੀਏ 'ਚ ਤੁਸੀਂ ਇਹ ਤੋਂ ਸਾਂਧਵ ਤੋਂ ਕਿੰਨਾ ਕੁ ਦੂਰ ਆ? ਇੱਥੋਂ ਪੈ ਗਿਆ ਸੀ 22 ਕਿਲੋਮੀਟਰ ਨਾਲੀਏ ਸਾਈਡ ਨੂੰ ਨਾ, ਅਸੀਂ ਜੱਖੋਂ ਸਾਈਡ 'ਚ ਪੈ ਗਏ ਜੀ। ਉਹ ਮੰਡਵੀ ਵਾਲੀ ਸਾਈਡ? ਨਾ ਜੀ ਨਾ, ਮੰਡਵੀ ਇੱਧਰ ਪੈ ਗਿਆ ਅਸੀਂ। ਹਾਂਜੀ, 12 ਕਿਲੋਮੀਟਰ ਹੋ ਗਿਆ ਆਪਣੇ ਉੱਥੇ। ਫਿਰ ਖਾਰੀ ਖਾਰਾ ਪਾਣੀ ਹੋਊਗਾ? TDS ਜ਼ਿਆਦਾ ਸਾਡੇ 18 ਤੋਂ, ਮਿੱਟੀ ਭਾਰੀ ਹੈ, ਪਾਣੀ ਖਾਰਾ। ਮਿੱਟੀ ਤਾਂ ਜ਼ਮੀਨ ਦਾ ਤਾਂ ਆਪਾਂ ਇਹ ਹਿਸਾਬ ਲਾਉਂਦੇ ਹਾਂ ਜੀ, ਵੀ ਦੇਖੋ ਪੰਜਾਬ 'ਚ ਨਾ ਅਸੀਂ ਖੇਤੀ ਕਰਿਆ ਕਰਦੇ, ਹਾਂਜੀ, ਵੀ ਜਦੋਂ ਇੱਕ ਬੱਟ 'ਤੇ ਅਸੀਂ ਰਾਊਂਡ ਅਪ ਮਾਰਤੀ, ਹਾਂਜੀ,
ਬੱਟ ਦੇ ਨਾਲ ਜਿੱਥੇ ਉਹ ਬੱਟ ਦੀ ਮਿੱਟੀ ਗਿਰ ਜਾਂਦੀ ਸੀ ਉੱਥੇ ਜੀਰੀ ਨਹੀਂ ਜੜਦੀ ਸੀ। ਹਾਂਜੀ ਸਹੀ ਹੈ, ਖਤਮ ਹੋ ਜਾਂਦਾ, ਖਤਮ ਹੁੰਦਾ, ਬਹਿ ਜਾਂਦਾ। ਹਾਂਜੀ ਹਾਂ, ਅਸੀਂ ਇੱਥੇ 150 ਗ੍ਰਾਮ ਢੋਲੀ ਦੀ ਉੱਥੇ 100 ਗ੍ਰਾਮ ਪਾਇਆ ਕਰਦੇ। ਹਾਂਜੀ, ਤੇ ਦੁੱਬ ਦੱਬ ਸਾਰੀ ਸੜ ਜਾ ਕਰਦੀ। ਹਾਂਜੀ, ਅਸੀਂ ਇੱਥੇ 150 ਗ੍ਰਾਮ ਢੋਲੀ ਦੀ ਵੀ ਪਾ ਕੇ ਕਰਦੇ ਹਾਂ। ਜ਼ਮੀਨ ਇੰਨੀ ਤਕੜੀ ਸਾਹਿਬ ਜੋ ਕਿ ਵੀ ਅੱਜ ਵੀ ਪੂਰੀ ਫਸਲ ਹੈ। ਹਾਂ, ਇਹ ਜਿਹੜੀ ਧਰਤੀ ਆ ਉਹ ਦਰਿਆਈ ਮਿੱਟੀ ਦੀ ਧਰਤੀ, ਦਰਿਆਈ ਮਿੱਟੀ ਦੀ ਧਰਤੀ ਹੈ। ਧਰਤੀ 'ਚ ਜਾਨ ਬਹੁਤ ਹੈ, ਪਰ ਜਿਹੜਾ ਪਾਣੀ ਹੈ TDS ਵਾਲਾ ਇਹ ਸੇਧਰਿਆਂ ਨੂੰ ਇੱਕ ਮੌਸਮ ਦੀ ਮਾਰ ਹੈ। ਮੌਸਮ ਦੀ ਜ਼ਿਆਦਾ ਮਾਰ ਹੈ। ਕਿਸਾਨ ਭਰਾਵੋ, ਤੁਹਾਨੂੰ ਨਰਮੇ ਦੇ ਹਾਲਾਤਾਂ ਬਾਰੇ ਥੋੜ੍ਹਾ ਮੈਂ ਰੂਬਰੂ ਕਰਾਇਆ ਹੈਗਾ। ਤੁਹਾਡੇ ਵੀ ਯਾਰ ਦੋਸਤ ਰਿਸ਼ਤੇਦਾਰ ਇੱਧਰਲੀ ਸਾਈਡ ਹੈਗੇ ਆ, ਹਾਲਾਤ ਹਰ ਇੱਕ ਏਰੀਏ ਦੇ ਵੱਖੋ ਵੱਖਰੇ ਹੁੰਦੇ ਹੈਗੇ ਆ, ਪਰ ਇੰਨਾ ਕੁ ਆਪਾਂ ਕਹਿ ਸਕਦੇ ਹਾਂ ਵੀ ਇਹ ਰੇਟ ਤੋਂ ਹੈਰਾਨ ਆ, ਮੌਸਮ ਤੋਂ ਥੋੜ੍ਹਾ ਨਾਰਾਜ਼ ਹੈ, ਬਾਕੀ ਖੇਤੀ ਤੋਂ ਆਪਦੀ ਤੋਂ ਇਹ ਖੁਸ਼ ਹੈਗੇ ਆ। ਮੇਨ ਫਸਲ ਆ ਇਹਨਾਂ ਦੀ ਨਰਮਾ, ਨਰਮੇ ਤੋਂ ਬਾਅਦ ਵਿੱਚ ਹੀ ਕਈ ਜ਼ਿਮੀਦਾਰ ਰਿੰਡ ਵੀ ਲਾਉਂਦੇ ਆ, ਸਰੋਂ ਵੀ ਲਾਉਂਦੇ ਹੈਗੇ ਆ, ਉਹੀ 12 ਮਹੀਨੇ ਦਾ ਸਾਲ ਉੱਧਰਲੀ ਸਾਈਡ ਆ, ਅਤੇ ਇੱਥੇ ਇੰਨੇ ਟਾਈਮ ਦੇ ਵਿੱਚ ਹੀ ਇਹ 1.5 ਫਸਲ ਲੈ ਲੈਂਦੇ ਹੈਗੇ ਆ। ਇਹਨਾਂ ਦਾ ਖੇਤ ਖਾਲੀ ਹੋ ਜਾਂਦਾ ਮਾਰਚ ਮਹੀਨੇ ਦੇ ਵਿੱਚ, 1.5 ਮਹੀਨਾ 2 ਮਹੀਨੇ ਖੇਤ ਖਾਲੀ ਰਹਿੰਦੇ ਆ, ਮਈ ਦੇ ਵਿੱਚ ਜਾ ਕੇ ਫਿਰ ਇਹ ਨਰਮੇ ਵਾਸਤੇ ਖੇਤ ਤਿਆਰ ਕਰਨ ਲੱਗ ਜਾਂਦੇ ਹੈਗੇ। ਆਪਣੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਵੀ 5-7 ਦਿਨ ਵੀ ਖੇਤ ਖਾਲੀ ਨਹੀਂ ਰਹਿੰਦਾ ਹੈਗਾ। ਅਤੇ ਤੁਸੀਂ ਰੂੜੀ ਦਾ ਮੰਨਦੇ ਹੋ ਵੀ ਜਿਹੜੇ ਵਾਹਣਾਂ 'ਚ ਰੂੜੀ ਪੈਂਦੀ ਹੈ ਨਰਮਾ ਬਹੁਤ ਮੰਨਦਾ? ਇਹ ਏਰੀਏ ਦੀ ਗੱਲ ਹੈ ਜੀ। ਹਾਂ, ਅਸੀਂ ਪਾਇਆ ਸੀ, ਮੈਂ ਪਾਇਆ ਸੀ 20 ਕਿੱਲਿਆਂ 'ਚ। ਠੀਕ ਹੈ ਜੀ। ਅਤੇ ਆਪਣੀਆਂ ਪੰਜਾਬ ਵਾਲੀਆਂ 8 ਕਿੱਲਿਆਂ 'ਚ 26 ਟਰਾਲੀਆਂ ਪਾਈਆਂ ਸੀ। ਠੀਕ ਹੈ। ਅਤੇ ਸਾਡੇ ਉਹਦੇ ਵਿੱਚੋਂ ਕਣਕ ਨਿਕਲੀ ਜੀ 18 ਮਣ ਕਿੱਲੇ ਦੀ। ਠੀਕ ਹੈ। ਅਤੇ ਅਸੀਂ ਜਿਪਸਮ ਪਾਣੀ ਸ਼ੁਰੂ ਕੀਤੀ। ਹਾਂ। ਅਤੇ DAP ਯੂਰੀਏ ਦੇ ਹਿਸਾਬ ਨਾਲ ਸਾਡੇ ਉਹ ਖੇਤ ਜਾਂਦੇ ਆ 45 50 ਮਣ 45। ਠੀਕ ਹੈ ਜੀ। ਕੱਚੀ ਪਾਈ ਰੂੜੀ ਕੇ ਪੱਕੀ ਰੂੜੀ ਪਾਈ? ਪੱਕੀ ਰੂੜੀ ਪਾਈ ਸੀ ਜੀ, ਸਾੜ ਕੇ ਪਹਿਲਾਂ ਰੱਖ ਕੇ, ਨਾ ਨਾ ਖੱਡਾ ਪੱਟ ਕੇ ਵਿੱਚ ਸਿੱਟ ਕੇ। ਰੂੜੀ ਉਰੇ ਕੰਮ ਨਹੀਂ ਕਰਦੀ ਜੀ, ਉਰੇ ਜਿਸਮ ਕੰਮ ਕਰਦਾ। ਅੱਛਾ, ਖੱਡਾ ਪੱਟਿਆ ਜੀ, ਪਾਣੀ ਹੈ। ਹਾਂ, ਪਾਣੀ ਦੇ ਹਿਸਾਬ ਨਾਲ ਇਹ ਪਾਣੀ ਨੂੰ ਜ਼ਮੀਨ ਨੂੰ ਬੰਨਦੀ ਹੈ, ਜਿਸਮ ਤੋੜ ਦਿੰਦੀ। ਠੀਕ ਹੈ। ਹਾਂ, ਇਹ ਮਤਲਬ ਤੁਹਾਡੇ ਜਿਹੜਾ ਪਾਣੀ, ਤੁਹਾਡੇ ਨਹਿਰੀ ਪਾਣੀ ਤਾਂ ਮਤਲਬ ਹੈ ਹੀ ਨਹੀਂ, ਜ਼ੀਰੋ ਆ। ਵਰਖਾ ਦਾ ਪਾਣੀ ਤੇ ਆ ਤੁਹਾਡੇ ਮੋਟਰਾਂ ਦਾ ਪਾਣੀ ਰਹਿ ਗਿਆ। ਮੋਟਰ ਵਾਲੇ ਪਾਣੀ ਦੇ ਵਿੱਚ ਮੰਨ ਲੈਂਦੇ ਆ ਵੀ TDS ਸੋਰਾ ਹੈਗਾ ਹੀ ਹੈਗਾ ਗਾ, ਤੇ ਉਹ ਸ਼ੋਰਾ ਤੁਹਾਡੇ ਰੂੜੀ ਨੂੰ ਕੰਮ ਨਹੀਂ ਕਰ ਦਿੰਦਾ, ਤੇ ਜਿਪਸਮ ਦੇ ਨਾਲ ਉਹ ਸ਼ੋਰਾ ਥੱਲੇ ਵਗ ਜਾਂਦਾ, ਉਹ ਫਸਲ ਤੁਹਾਡੀ ਜਿਪਸਮ ਹੋ ਗਈ, ਸੁਪਰ ਹੋ ਗਿਆ, ਇਹ ਸਾਰਾ ਕੰਮ ਕਰਦਾ, ਇਹਨੂੰ ਤੁਸੀਂ ਵਰਤਦੇ ਹੈਗੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਰਿਆਂ ਨੇ ਸਮਾਂ ਕੱਢਿਆ, ਇਸ ਵੀਡੀਓ ਦੇ ਵਿੱਚ ਆਪਾਂ ਨਰਮੇ ਬਾਰੇ ਜਾਣਕਾਰੀ ਦਿੱਤੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ।